ਏ ਆਕਾਸ਼ਵਾਣੀ ਜੰਮੂ ਹੈ ਸਨਿਆ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਪਹਿਲੇ ਮੁੱਖ ਮੁੱਖ ਖਬਰਾਂ ਕਰਨੇ ਮੈਂ ਵਿਜੇ ਬਜਾਜ ਪ੍ਰਧਾਨ ਮੰਤਰੀ ਨਰਿੰਦਰ ਮੋਦੀਓ ਨੇ ਦੇਸ਼ ਅੱਜ ਕਰੋਨਾ ਵਾਇਰਸ ਕਾਰਨ ਬਣੇ ਦੇ ਅਲਾਦ ਡਰਜਾਇਜ਼ਾ ਲੈਣੇ ਆਸਤੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਕਨੇ ਬੈਠਕ ਲਾਈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਅਮਲੇਗੀ ਅੰਜਾਮ ਦੇਣੇ ਦੀ ਪਾਕਿਸਤਾਨੀ ਆਤੰਕਵਾਦੀਆਂ ਦੀ ਯੋਜਨਾ ਬਾਰ ਹੈ ਵਿਦੇਸ਼ ਸਚੀਵੋ ਨੇ ਬਕ ਬਕ ਮੁਲਕਾਂ ਦੇ ਰਾਜਦੂਤਾਂ ਦੀ ਜਾਣਕਾਰੀ ਦਿੱਤੀ ਹੈ सलाहकार आरआर भटनागर और ने स्कूली शिक्षा मय के कार्यकर्तृत्व कीता जैसा लत्ता उन्हें अहल करेंगे आख्या जे उस गल्ला की यकीनी बनाना जे स्कूलन च विद्यार्थी अदबष्कार अपनी पढ़ाई नहीं छोड़न ते जम्मू कश्मीर खेल काउंसिल ने केंद्र शासित प्रदेश च नए क्रिकेट खिलाड़ी की तैयार करने ले मशहूर क्रिकेटर सुरेश रैना दी क्रिकेट एकेडमी कने सहमति पत्र पर दस्तखत कीते न खबर दी तफ़सील कने जगमोहन शर्मा प्रधानमंत्री नरेंद्र मोदी हो जितू तगर कर कोरोना कसरियों के नरो होने की गल है, है तो कोरोना करी होने आलिय मौतें ताल्लुक है भारत की स्थिति दुनिया के ज्यादातर मुल्ख शा बेहतर है राज्य के मुख्यमंत्रियों के कोविड नाइन्टीन की स्थिति बारे वर्चुअल बैठक दौरान प्रधानमंत्री कि कोरोना पॉजिटिव की दर पंज प्रतिशत को घट मृत्यु दर एक प्रतिशत को मिलिए जतन करने हो मोदी हो सबने राज्य सरकारें कोरोना की दवाई तैयार हो जाने की सूरत में इसी सुरक्षित ढंग ਨੇ ਰੱਖਣ ਲਈ ਸਰਦਖਾਨੇ ਦੀ ਸਹੂਲਤਾਂ ਪਹਿਲੇ ਹੀ ਤਿਆਰ ਕਰੇ ਰੱਖਣੀ ਲੋੜ ਸੀ ਉਹਨਾਂ ਆਖੇ ਜੇ ਕਰੋਨਾ ਦੀ ਦਵਾਈ ਤਿਆਰ ਕਰਨ ਦੇ ਯਤਨ ਜਾਰੀ ਨੇ ਪਰ ਤਦੋਂ ਤੱਕ ਅਗਰ ਇਹਦੇ ਸਵਾ ਬਚਾ ਲਈ ਕੁਸੈ ਚਾਲ ਦੀ ਟਿਲਮਠ ਨਹੀਂ ਭਰਤੀ ਜਾ ਇਹਦੇ ਲਈ ਸਭ ਨੇ ਰਾਜਾਂ ਦੀ ਇਹ ਗੱਲ ਆਪਣੀ ਆਪਣੀ ਸਤਾ ਪਰ ਯਕੀਨੀ ਬਨਾਨੀ ਲੋੜ ਸੀ বিগত 20 घंटे के दौरान मुलखा च 11 लाख नमूने दी कोरोना जांच ਕੀਤੀ گئی ہے جس ریلیے یہ जांच ਦਾ ਅੰਕੜਾ 13 करोड़ 37 लाख ਦੇ ਕੋਲ ਕਲਪੁਜੀ ਗਿਆ ਹੈ ਭਾਰਤ ਚਿਕਿਤਨੇ ਚ जांच क्षमता 15 लाख ਤੱਕ ਪੁਜੀ ਗਈ ਹੈ ਸਿਹਤ ਮੰਤਰਾਲੇ ਦਾ ਅੰਕੜਾ ਹੈ ਜੇ ਵੱਡੇ ਪੈਮਾਨੇ પર করোনা ਮਰੀਜ਼ਾਂ ਦੀ ਪਛਾਣ ਹੋਣੇ ਕੀ ਪੱਖ ਨਖੇੜੀ ਰੱਖਣਾ ਤੇ ਅਸਰਦਾਰ ਢੰਗੇ ਨਾਲ ਇਲਾਜ ਕਰਨ ਦੀ ਵਿਵਸਥਾ ਕਰਨੇ ਇਸ ਲਾਗੇ ਕਾਰਨ ਮਰੋਣੇ ਵਾਲੇ ਦੀ ਦਰ ਚ ਬੜੀ ਮਤੀ ਕਮੀ ਦਰਜ ਕੀਤੀ ਗਈ ਹੈ ਵਿਦੇਸ਼ ਸਚਿਵ ਹਰਸ਼ਵਰਧਨ ਸ਼ਰੰਗਲਾਵ ਨੇ ਜਮੂ ਕਸ਼ਮੀਰ ਦੇ ਨਗਰੂਟਾ ਚ ਸੋਚੀ ਸਮਝੀ ਇਹ ਪੂਰੀ ਤਿਆਰੀ ਕਰਨੀ ਆਤੰਕੀਅਮ ਲਿੱਤੀ ਸਾਜ਼ਿਸ਼ ਕਿ ਲਈ ਇਹ ਵਿਦੇਸ਼ੀ ਮਿਸ਼ਨ ਦੇ ਪ੍ਰਮੁਖਾਂ ਦੇ ਇੱਕ ਤਾਲਮੇ ਸੁਣੂ ਕੀ ਜਾਣਕਾਰੀ ਦਿੱਤੀ ਗਈ ਹੈ ਤੇ ਆਤੰਕਵਾਦ ਖਿਲਾਫ ਲੜਾਈ ਸਨੇ ਇਸ ਘਟਨਾ ਕਰਨੇ ਪਾਉਣ ਵਾਲੇ ਸੁਰੱਖਿਆ ਤੇ ਕੋਟਨੀਤਿਕ ਪ੍ਰਭਾਵ ਦੇ ਬਾਰੇ ਚ ਵੀ ਦੱਸਿਆ ਦਸਾਇਆ ਸੁਰੱਖਿਆ ਬਲੇ 19 ਨਵੰਬਰ ਕੀ ਆਤੰਕਵਾਦੀ ਹਮਲੇ ਹੀ ਨਕਾਮ ਕਰ ਦਿੱਤਾ ਹਾ ਸੁਪਰੀਮ ਦਾ ਸਿਆਜੇ ਕੋਵਿਡ-19 ਕਰੀ ਪੈਦਾਲਾਤ ਦੀ ਪਛੋਕੜਾ ਚ ਵਿਦੇਸ਼ ਮੰਤਰਾਲੇ ਨੇ ਪਹਿਲੀ ਵਾਰੀ ਇੱਕ ਲੋਕੇ ਸਮੂਹੀ ਗੈ ਸਦੀਏ ਇਹ ਜਾਣਕਾਰੀ ਦਿੱਤੀ ਹੈ ਸੁਪਰੀਮ ਦਾ ਸਿਆਜੇ ਇਸ ਦੌਰਾਨ ਬਲਕਿ ਵੀ ਐਸੀਆਂ ਘਟਨਾएं ਦਾ ਬਿਉਰਾ ਸਾਂਝਾ ਕੀਤਾ ਗਿਆ ਜਿੰਦੇ ਚ ਪਾਕਿਸਤਾਨ ਅਧਾਰਿਤ ਆਤਮਕੀ ਸੰਗਠਨ ਦੇ ਆਥ ਨੂੰ ਦੇ ਸਬੂਤ ਥੁੰਦੇਨ ਜਿੰਦੇ ਚੁੰਦੇ ਕੋਲ ਜਬਤ ਥਿਆਰ ਖਾਨੀ ਪਿੰਨਿਆਲਾ ਸਮਯਾਂ ਤੇ ਹੋਰ ਦੁਨੀਆਂ ਚੀਜ਼ਾਂ ਸ਼ਾਮਲ ਨੇ ਜਿਹੜੀਆਂ ਪਾਕਿਸਤਾਨ ਤੋਂ ਤਿਆਰ ਹੋਈ ਦੀਆਂ ਹੁੰਦੀਆਂ ਨੇ ਉਹਨਾਂਗੇ ਦੱਸਿਆ ਗਿਆ ਜੇ ਬਰਾਮਦ ਦੇ ਕੇ 47 ਰਫਲਾਂ ਪਰ ਮਾਰਕੇ ਤੇ ਨਿਸ਼ਾਨ ਤੇ ਬਰਾਮਦ ਦੂਵੇ ਸਮਯਾਂਥਾ ਮਾ ਵੀ ਇਹ ਸਾਫ ਹੋਇ ਜੰਦਾ ਹੈ ਜੇ ਇਹਦੇ ਚ ਜੈਸ਼ੀ ਮੁਹੰਮਦ ਆਤਮਕੀ ਸੰਗਠਨ ਦਾ ਹੈ ਇਸ ਦੌਰਾਨ ਇਹ ਜਾਣਕਾਰੀ ਵੀ ਦਿੱਤੀ ਗਈ ਜੇ 19 ਨਵੰਬਰ ਵਾਲੀ ਘਟਨਾ ਕਿਸ ਚਲੀ ਪਾਕਿਸਤਾਨ ਦੇ ਆਤਮਕੀ ਮਿਸ਼ਨ ਕਰਨੇ ਜੁੜੀ ਦੀ ਹੈ ਇਸ 2020 ਬਰੇ ਚ ਆਤੰਕਵਾਦ ਦੀ 200 ਵਾਦਾਤੇ ਕਿ ناکਾਮ ਕੀਤਾ ਗਿਆ ਤੇ 199 आतंकवादियों का सफाया कि जिला विकास काउसें चुनाए की ऐतिहासिक करार जम्मू कश्मीर के चुनाव आयुक्त के के शर्मा जे पहली बार करवाए जाने य चुनाव जम्मू कश्मीर के विकास तथे लोकतांत्रिक ढांचे की तगड़ा बनाने के लिहाज कड़े महत्वपूर्ण जे चुनाव पूरी चाली साफ सुथरे पारदर्शी रमानदारी ने व्यवस्था आले सिर करवाना यकीनी बनाने लड़दिया सब्बे तैयारियां जा न इलेक्शन को कंडक्ट करने के लिए फर्स्ट फेज की तारीख 28 नवंबर है और 19 दिसंबर को इसका लास्ट फेज होगा 22 दिसंबर को जम्मू कश्मीर में जो तो डिस्ट्रिक्ट लेवल बॉडीज हैं उनकी काउंटिंग होगी इलेक्शन को सिक्योर करने के लिए पूरी जम्मू कश्मीर की जो पुलिस एडमिनिस्ट्रेशन है उन्होंने पूरे अपने रिसोर्सेज डिप्लॉय किए हैं पुलिस फोर्स को सेस करके सेंट्रल पैरामिलिट्री फोर्सेज जम्मू कश्मीर में आई है डिफिकल्ट इलाके जहाँ पर बर्फबारी हो सकती है वहां पर जो पोलिंग मटेरियल है और जो बैलेट पेपर का काम है वो ऑलरेडी कंप्लीट कर दिया गया है काउंटिंग के लिए भी समय एडवांस प्लानिंग हो चुकी है जम्मू कश्मीर में डिस्ट्रिक्ट डेवलपमेंट काउंसिल्स का बनना ऐतिहासिक बोल रहेगा हमारे लिए ਕਠੂਆ ਚ ਜ਼ਿਲ੍ਹਾ ਵਿਕਾਸ ਕਾਉਂਸਲ ਦੇ ਚੁਣਾਲੀ ਪ੍ਰਚਾਰ ਅਭਿਆਨ ਜ਼ੋਰਾਂ ਸ਼ੋਰਾਂ ਜਾਰੀ ਹੈ ਬਕ ਬਕ ਪਾਰਟੀਆਂ ਦੇ ਤੇ ਕਈ ਆਜ਼ਾਦ ਉਮੀਦਵਾਰ ਵੀ ਚੁਣਾ ਲਈ ਆਪਣੇ ਨਾਮਾਂਕਨ ਦਾਖਲ ਕਰਾ ਕਰ ਦੇਣ ਮਕਾਮੀ ਲੋਕ ਜਿਨੇ ਇਸ ਚੁਣਾਅ ਚ ਵੋਟ ਪਾਣਾ ਹੈ ਉਹ ਵੀ ਇਸ ਗੱਲ ਲਈ ਇਹ ਮਤੇ ਖੁਸ਼ ਤੇ ਉਤਸ਼ਾਹਿਤ ਨ ਜੇ ਇਹਨੇ ਚੁਣਾਈ ਕਰਨੇ ਜੰਮੂ ਕਸ਼ਮੀਰ ਚ ਤਰੋਂ ਸਤੇ ਵਾਲਾ ਪੰਚਾਇਤੀ ਰਾਜ ਸਰਸਤਾ ਪੂਰੀ ਚਾਲੀ ਲਾਗੂ ਹੋ ਜਾਗਾ ਤੇ ਗ੍ਰਾਮੀਣ ਇਲਾਕੇ ਦਾ ਸਾਮਾ ਤੇ ਪੂਰਾ ਪ੍ਰਾਤਾ ਵਿਕਾਸ ਸੰਭਵ ਹੋ ਸਕੋਗਾ ਕੇਂਦਰੀ ਮੰਤਰੀ ਅਨੁਰਾਗ ਠਾਕਰੋ ਨੇ ਆਖਿਆ ਜੇ ਗੁਪਕਾਰ ਸਮੂਹ ਕਨੇ ਜੁੜੇ ਦੇ ਲੋਕ ਕੇ ਸੱਤਾ ਚ ਰੋਂਦੀ ਹੋਈ ਕਈ ਬਰੇਂਦਗਰ ਜੋ ਮੁਕਸ਼ਮੀਰ ਕੀ ਲੁੱਟਿਆ ਗਿਆ ਰੋਸ਼ਨੀ ਐਕਟ ਦੇ ਅਰਚ ਜਿਮੀ ਤੋ ਖਤੜੀ ਵਾਲੇ ਮਾਮਲੇ ਦਾ ਜ਼ਿਕਰ ਕਰਦੇ ਹੋਏ ਨੇ ਆਖਿਆ ਜੇ ਇਹ ਪੂਰੇ ਮੁਲਕਾ ਚ ਅਜੇ ਤੱਕ ਦਾ ਸਭਨੇਸ਼ਾ ਵੱਡਾ ਜਿਮੀ ਕੁਟਾ ਲਾਇਆ ਹੈ लेफिनेंट गवर्नर हमें सलाहकार राजीव राय भटनागर होने अब आख्या स्कूलें संबंधी म्यारी ढांचागत सहूलत यकीनी बनाए जाने के कोक शिक्षा के क्षेत्र नमियों तकनीकें सबंधी पहलकदमें भी चीज तद्यार्थियों शुरू सवा मारी शिक्षा हासिल हो सै सलाहक भटनागर होने जम्मू आ सिविल सचिवालय लाई गेरी एक बैठक दौरान स्कूली शिक्षा महकमे की बैक्टरें च कारदगी का जायजा लौके आखी सलाहकारें पर जोर पाया ਸਿਰ ਸਕੂਲ ਇੰਚ ਲੋੜਤਾ ਟਾਂਚਾ ਕਾਇਮ ਕਰਨ ਦੇ ਕਨੋਂ ਕਨੇ ਇਸ ਗੱਲੇ ਕੀ ਯਕੀਨੀ ਬਣਾਨ ਜੇ ਕੋਈ ਵੀ ਬੱਚਾ ਕਿਸੇ ਵੀ ਵਜ੍ਹਾ ਕਰਨੇ ਆਪਣੀ ਪੜਾਈ ਅਧਬਸ਼ਕਾਰ ਨਹੀਂ ਛੁੜੀ ਦੇਆ। ਇਹ ਖਬਰਾਂ ਦਸ ਆਕਾਸ਼ਵਣੀ ਜੰਮੂ ਪ੍ਰਸਾਰਣ। ਬਾਕੀ ਦੀਆਂ ਖਬਰਾਂ ਕਨੇ ਵਿਜੇ Bajaj। ਜੰਮੂ ਕਸ਼ਮੀਰ ਚ ਉਬਰਦੇ ক্রিকেট ਖਿਡਾਰੀਆਂ 기 ਬੜਾ ਵਾਦੇ ਨੇ ਤੇ ਉਨ੍ਹਾਂ 기 ਖੇਡ ਦੀ ਸਿਖਲਾਈ ਉਪਲਬਧ ਕਰਾਉਣੀ ਲਈ ਜੰਮੂ ਕਸ਼ਮੀਰ ਖੇਡ ਕਾਉਂਸਲ ਨੇ ক্রিকেট ਖਿਡਾਰੀ ਸੁਰੇਸ਼ ਰੈਣਾਉਂ ਦੀ ক্রিকেট ਅਕਾਦਮੀ ਕਨੇ ਇੱਕ ਸਮਝੌਤੇ ਉਪਰ ਦਸਤਖਤ ਕੀਤੇ ਨੇ। ਆਕਾਸ਼ਵਾਣੀ ਦੇ ਜੰਮੂ ਸੰਵਾਦ ਦਾ ਤਾ ਮੁਜਬ ਜੰਮੂ ਕਸ਼ਮੀਰ ਕੀ ਖੇਡੇ ਦੇ ਖੇਤਰ ਚ ਇੱਕ ਪ੍ਰਮੁੱਖ ਕੇਂਦਰ ਬਣਾਉਣ ਦੀ ਦਿਸ਼ਾ ਚ ਇੱਕ ਮੱਤਵਪੂਰਨ ਗੱਲ ਹੈ ਤੇ ਇਹਦੇ ਨਾ ਲੈਫਟਨੈਂਟ ਗਵਰਨਰ ਹੁੰਦਾ ਇਸ ਪ੍ਰਦੇਸ਼ ਕੀ ਖੇਡੇ ਦੀ ਸਲਾਹੀਅਤ ਤੇ ਸਮਰਥ ਦਾ ਇੱਕ ਮੱਤਵਪੂਰਨ ਕੇਂਦਰ ਬਣਾਉਣ ਦੇ ਰੂਪ ਚ ਵਿਕਸਿਤ ਕਰਨੇ ਦਾ ਸੁਖਣਾ ਮੂਰਤ ਰੂਪ ਲਈ ਲਿਆ ਗਾ ਤੇ ਇਹਦੇ ਨਾ ਜੰਮੂ ਕਸ਼ਮੀਰ ਦੇ ਕ੍ਰਿਕਟ ਖਿਡਾਰੀਆਂ ਕੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਤਾਦੀ ਸਮਰਥਾ ਹਾਸਲ ਕਰਨੇ ਚ ਵੀ ਬਿਬਾਧ ਥੋਗ इस मौके पर लेफ्टिनेंट गवर्नर मनोज सेनाऊं के अलावा मुख्य सचिव बीबीआर सुब्रह्मण्यम प्रधान सचिव नितीश्वर कुमार खेड़ सचिव सरमद हफीज जम्मू कश्मीर खेड़ काउंसिल के सचिव नसीम चौधरी ते क्रिकेट खिलाड़ी सुरेश रैना भी मौजूद थे लेफ्टिनेंट गवर्नरो ने इस मौके आख्या जे इस समझौते केन उभरते क्रिकेट खिलाड़ीएंगे अपनी समर्थगी और मत्ता नकारने ते राष्ट्रीय ते अंतरराष्ट्रीय सता दे मुकाबले च अपनी प्रतिभा दा प्रदर्शन करने दा भी मौका उपलब्ध होई जाग ਸਿੱਖ ਦੇ ਨੋਮੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਹੰਦਾਸ਼ੀ ਦਿੱਤਿਆੜਾ ਅੱਜ ਸਮੂਲ ਚੇ ਮੁਲਖਾ ਚ ਪਰੰਪਰਿਕ ਸ਼ਰਧਾ ਤੇ ਅਕੀਦਤ ਕਰਨੇ ਮਨਾਇਆ ਜਾਂਦਾ ਹੈ ਅੱਜ ਦੇ ਰੋਜ਼ ਸਨ 1675 ਚ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨੇ ਧਰਮ ਮਨੁੱਖੀ ਕਦਰਾਂ ਸਿਧਾਂਤਾਂ ਤੇ ਅਸੂਲਾਂ ਦੀ ਖਾਤਰ ਸ਼ਹਾਦਤ ਦਿੱਤੀ ਹੀ ਉੰਦੀ ਇਸ ਸ਼ਹਾਦਤ ਦੀ ਅਰਬਰੇਸ਼ੀ ਦੀ ਦਿਵਸ ਦੇ ਰੂਪ ਚ ਮਨਾਇਆ ਜਾਂਦਾ ਹੈ ਲਫਟਨੈਂਟ ਗਵਰਨਰ ਮਨੋਤ ਸਿਨਾਉਰੇ ਸਿੱਖੇ ਦੇ ਨੋਮੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਹੰਦੇਸ਼ੀ ਦਿੱਤੀਆੜੇ ਦੇ ਮੌਕੇ ਪਰ ਉਹਨੇ ਕੀ ਸ਼ਰਦਾਂਝਲੀ ਅਰਪਿਤ ਕੀਤੀ ਹੈ ਲਫਟਨੈਂਟ ਗਵਰਨਰੋ ਨੇ ਆਖਿਆ ਜਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਰੇ ਲੋਕਾਂ ਦੀ ਆਸਥਾ ਤਾਰਨਾ ਤੇ ਅਧਿਕਾਰਾਂ ਦੀ ਇਫਾਜ਼ਤ ਹਸਤੇ ਪੂਰੇ ਮੁਲਕ ਕੀ ਪ੍ਰੇਰਣਾ ਦਿੱਤੀ ਉਹਨੇ ਕਿਹਾ ਜਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਹੰਦੀਆਂ ਸਿੱਖਿਆ ਤੇ ਉਹਦਾ ਬਲੀਦਾਨ ਸਪਨੇ ਸ਼ਾ ਬੁਨਿਆਦੀ ਆਦਰਸ਼ ਉਪਰ ਲੋ ਪੰਦਾ ਜਿਹੜਾ ਅਰ ਕੁਸੇਗੀ ਆਜ਼ਾਦ ਰਾਉ ਨੇ ਤੇ ਵਿਜਨ ਕੁਸਰ ਡਾਰਤਰਾ ਦੇ ਜੀਨ ਜੀ ਨੇ ਦਾ ਅਧਿਕਾਰ ਦਿੰਦਾ ਗੁਰੂ ਜੀ ਹੁੰਦੇ ਪਾਸੇ ਆ ਦਿੱਤਾਗੇ ਦਾ ਬਲੀਦਾਨ ਅਸੀਂ ਕੀ ਆਪਣੀ ਆਸ ਥਾ ਤਾਰਨਾ ਤੇ ਅਧਿਕਾਰਾਂ ਲਈ ਖੜੇ ਹੋਣੇ ਕੀਤਾ ਵਚਨਬੱਧ ਵੀ ਬਣਾਉਂਦਾ ਹੈ ਕੇਂਦਰ ਸਰਕਾਰਾਂ ਅੱਜ 43 ਹੋਰ ਮੋਬਾਈਲ ਐਪਸ ਉੱਪਰ પ્રતિਬੰਧ ਲਾਇਆ ਦਿੱਤਾ ਹੈ ਸਰਕਾਰਾਂ ਆਖਿਆ ਜੀ ਨੇ 43 ਮੋਬਾਈਲ ਐਪਸ ਕੀ ਸੂਚਨਾ ਟੈਕਨੋਲੋਜੀ ਸਰਬੰਧੀ ਕਾਨੂੰਨ ਦੀ ਦਫਾ 69ਏ ਦੇ ਤਹਿਤ ਭਾਰਤ ਚ ਲੋਕਿਆਂ ਸਤੇ ਬੰਦ ਕੀਤਾ ਚਾਹਦਾ ਹੈ ਇਹ ਕਾਰਵਾਈ ਓਕੜੀ ਮੋਬਾਈਲ ਐਪਸ ਦੇ ਖਿਲਾਫ ਕੀਤੀ ਗਈ ਹੈ ਜਿਹੜੀਆਂ ਦੇਸ਼ਾਂ ਦੀ ਅਖੰਡਤਾ, ਸੰਪ੍ਰਭੂਤਾ, ਇਕਤਾ ਤੇ ਸੁਰੱਖਿਆ ਲਈ ਚੁਣੌਤੀ ਪੇਸ਼ ਕਰਾ ਕਰਦੀਆਂ ਇਹ ਦੇਸ਼ਾਂ ਪਹਿਲੇ ਵੀ ਸਰਕਾਰ ਨੇ ਜੰਦੀ 29 ਜੂਨ ਤੇ 2 ਸਤੰਬਰ ਦੀ ਵੀ ਕਈ ਸਾਰੀ ਮੋਬਾਈਲ ਐਪਸ ਉੱਪਰ ਰੋਕ ਲਾਈ ਦਿੱਤੀ ਹੀ ਜੰਮੂ ਕਸ਼ਮੀਰ ਚਾਜ ਉੱਚੀਆਂ ਧਾਰਾਂ 'ਤੇ ਤਾਜ਼ਾ ਬਰਫਬਾਰੀ ਹੋਈ ਹੈ ਰਾਂਬਨ ਚ ਜੰਮੂ ਖਿੱਤੇ ਕੀ ਕਸ਼ਮੀਰ ਕੰਨੇ ਜੋੜਨੇ ਵਾਲੀ ਇਤਿਹਾਸਿਕ ਜਵਾਰ ਸੁਰੰਗ ਅਲੀ ਥਾਰੇ 'ਤੇ ਵੀ ਤਾਜ਼ਾ ਬਰਫਬਾਰੀ ਹੋਈ ਹੈ ਮਸ਼ਹੂਰ ਸੈਲਾਨੀ ਥਾਰੇ ਨੱਥਾ ਟਾਪ ਤੇ ਸਨ੍ਨਾ ਸਰ ਦੇ ਅਲਾਵਾ ਗੂਲ ਤਹਿਸੀਲ ਚ ਵੀ ਬਰਫਬਾਰੀ ਹੋਣ ਦੀ ਜਾਣਕਾਰੀ ਹੈ ਰਾਂਬਨ ਜ਼ਿਲ੍ਹੇ ਦੀ ਪੰਥਿਆਲ ਥਾਰੇ 'ਤੇ ਅੱਜ ਦੁਪਹਿਰੀ ਕੋਈ 3:30 ਵਜੇ ਕੰਨ ਜੰਮੂ ਸ਼ਟਨਾਗਰ ਰਾਸ਼ਟਰੀ ਜਨਾਲੀ ਛਿੜਕਾ ਪਰ ਲਾਸ ਪਸੰਗੀਆਂ ਪਾਉਣੇ ਕਾਰਨ ਬੰਦੋਈ ਦੀ ਗੱਡੀਆਂ ਦੀ ਆਉਜਾਈ ਪੜਤੀਏ ਬਾਲ ਕਰ ਦਿੱਤੀ ਗਈ ਹੈ ਟ੍ਰੈਫਿਕ ਪੁਲਸ ਦੇ ਸੂਤਰੇ ਮੁਜੇਬ ਪੰਥਿਆਲ ਚ ਬੱਤਾ ਲੰਘਣੇ ਵਾਲੀ ਗੱਡੀਆਂ ਦੀ ਇਫਾਜ਼ਤ ਲਈ ਛੜਕਿਆਂ ਦੇ ਉੱਪਰ ਲਾਏ ਗਏ ਦੇ ਸਟੀਲ ਦੇ ਬਣੇ ਦੇ ਟਾਂਚੇ ਗੀ ਵੀ ਪਸੀਆਂ ਕਾਰਨ ਨੁਕਸਾਨ ਪੁੱਜਾ ਜਰਨਲਿਸਟ ਛੜਕੇ ਪਰ ਆਉਜਾਈ ਬੰਦੋਨ ਕਾਰਨ ਕਸ਼ਮੀਰ ਜਾਰਦੀ ਸੈਂਕੜਾ ਬੱਧੀਆਂ ਗੱਡੀਆਂ ਚੰਦਰਕੋਟ ਤੇ ਪੰਥਿਆਲ ਬਿਸ਼ਕਾਰ ਫਸੀ ਗੇ ਦੀਆਂ ਹੀਆਂ ਜਿਨਾਂ ਗੀ ਅੱਗੇ ਰਵਾਨਾ ਕਰਵਾਇਆ ਜਾ ਰਿਹਾ ਹੈ ਅੱਜ ਜੰਮੂ ਥਮਾ ਚੜੀ ਆਲੀ ਮੋਟਰ ਗੱਡੀਆਂ ਗੀ ਤੇ ਜਖੈਨੀ ਉਧਮਪੁਰ ਥਮਾ ਵੱਡੀ ਗੱਡੀਆਂ ਗੀ ਗੈਸਟਨਗਰ ਆਲੀ ਬੱਕੀ ਰਵਾਨਾਉ ਨੇ ਦੀ ਇਜਾਜ਼ਤ ਦਿੱਤੀ ਗਈ ਹੀ ਖਾਤਰ ਤਵਜੂ ਤੇ ਪ੍ਰੋਟੋਗਾਲ ਸਰਬੰਦੀ ਮਹਿਕਮੇ ਦੀਆਂ ਸਚੇਵ ਰੁਕਸਾਨਾ ਗਨੀਉਰੇ ਜੰਮੂ ਦੇ ਕਨਵੈਨਸ਼ਨ ਸੈਂਟਰ ਚ ਅੱਜ ਇੱਕ ਬੈਠਕ ਲਾਈ ਇਹ ਮਹਿਕਮੇ ਦੀ ਕਾਰਗਰਤੀ ਦਾ ਜਾਇਜ਼ਾ ਲੈਂਦਾ ਮਹਿਕਮੇ ਦੇ ਡਾਇਰੈਕਟਰ ਹੋ ਰਹੇ ਹਨ ਉਨ੍ਹਾਂ ਕੀ ਮਹਿਕਮੇ ਦੇ ਕੰਮ ਕਾਜ ਜੰਮੂ ਉਦਮਪੁਰ ਸ਼੍ਰੀਨਗਰ ਗੁਲਮਰਗ ਤੇ ਪੈਲਗਾਮ ਚ ਮਹਿਕਮੇ ਦੀਆਂ ਸੰਪਤੀਆਂ ਦੇ ਬਾਰੇ ਚ ਵੀ تفصیلی ਜਾਣਕਾਰੀ ਦਿੱਤੀ ਇਹਦੇ ਇਲਾਵਾ ਮਹਿਕਮੇ ਦੀ ਦਰਪੇਸ਼ ਦਿੱਕਤਾਂ ਤੇ ਮਤਵਪੂਰਨ ਮੁੱਦੇ ਦੇ ਬਾਰੇ ਚ ਵੀ ਜਾਣਕਾਰੀ ਅੱਜ ਦੀ ਇਸ ਬੈਠਕ ਚ ਸਾਂਝੀ ਕੀਤੀ ਗਈ ਸਤੀਵ ਰਿੰਗੀ ਸਰਕਟ ਹਾਊਸ ਗੈਸਟ ਹਾਊਸ ਤੇਸਟਰ ਨਗਰ ਤੇ ਜੰਮੂ ਦੇ ਵਿਸਤਾਰ ਸਰਬੰਧੀ ਪ੍ਰਯੋਜਨਾਵਾਂ ਦੇ ਬਾਰੇ ਜਬੀ ਦੱਸਿਆ ਗਿਆ ਮਗਰ ਰੁਕਸਾਨਾ ਗਨੀਓਰੇ ਆਪ ਨੂੰ ਇਹ ਪ੍ਰੋਜੈਕਟ ਨੇ ਤੇ ਉਹਦੇ ਡਿਜ਼ਾਈਨਿੰਗ ਹੀ ਦਿਖਿਆ ਤੇ ਇਹਨੇ ਕੀ ਤੋੜਚਾੜਾ ਕਰਦੀ ਏਜੰਸੀਆਂ ਕੋਲਾ 인 ਦੀ ਪ੍ਰਗਤੀ ਤੇ ਰਫਤਾਰ ਬਾਰੇ ਜਾਣਕਾਰੀ ਵੀ ਹਾਸਲ ਕੀਤੀ ਜੰਮੂ ਯੂਨੀਵਰਸਿਟੀ ਦੇ ਇਹਦੇ ਨਾਲ ਜੁੜੇ ਦੇ ਬਾਕਬਕ ਕਾਲਜਾਂ ਦੇ 40 ਵਿਦਿਆਰਥੀਆਂ ਲਈ 10 ਦਿਨਾਂ ਦੇ ਹਾਈਕਿੰਗ ਤੇ ਟ੍ਰੈਕਿੰਗ ਐਕਸਪੀਡੀਸ਼ਨ ਗਿਆ ਜਫਾਉਂਜ ਤੇ ਜੰਮੂ ਯੂਨੀਵਰਸਿਟੀ ਦੇ ਖੇਡਾਂ ਤੇ ਸਰੀਰਕ ਸਿੱਖਿਆ ਸਰਬੰਧੀ ਮਹਿਕਮੇ ਦੇ ਡਾਇਰੈਕਟਰ ਹੋਣੇ ਪਧਰwale ਯੂਨੀਵਰਸਿਟੀ ਕੈਂਪਸ ਥਾ ਮਚੰਡੀ ਦਾ ਸੇਰਵਾਨਾ ਕਰਵਾਇਆ ਇਸ ਕਾਰਜਕ੍ਰਮ ਦਾ ਆਯੋਜਨ ਨੌਜਵਾਨਾਂ ਦੀ ਸੁਰੱਖਿਆ ਬਲਿੰਦਾ ਹਿੱਸਾ ਬਣਾਉਣੇ ਲਈ ਪ੍ਰੇਰਿਤ ਕਰਨਾ ਤੇ ਓਕੜੀ ਬਾਕਬਕ ਚੁਣੌਤੀਆਂ ਦਾ ਤਜਰਬਾ ਕਰਵਾਉਣਾ ਵੀ ਹੈ ਜਿਹੜੀਆਂ ਅੱਗੇ ਚੱਲੀਏ ਉਹਨੇ ਕੀ ਭਵਿੱਖ ਹਾਸਤੇ ਮਜ਼ਬੂਤ ਬਣਾਉਣੇ ਦਾ ਕ अखीर है जो खास खास खबरें है प्रधानमंत्री नरेन्द्र मोदी देश दसै कोरोना वायरस कारण बने हालात का जायजा लैने राज्य के मुख्यमंत्रियों एक बैठक लाई केन्द्र शासित प्रदेश जम्मू कश्मीर च हमलें अंजाम देने दी। पाकिस्तानी दी योजना बारे विदेश सचिव और दे राजदूतें की जानकारी दी सलाहकार आर आर भटनागर हो स्कूली शिक्षा मैकमे की कारदगी का जायजा लिया उल बनान जे स्कूलें चा विद्यार्थी अद बशकार पढ़ाई नहीं छड़न कश्मीर खेड कौंसिल ने केंद्र शासित प्रदेश में नमे क्रिकेट खड़ारियों की तैयार करने मशहूर क्रिकेटर सुरेश रैना हुरी क्रिकेट अकैडमी एक सहमति पत्र पर की के बुलेटिन समाप्त कि